guys on my YouTube channel and you are watching my channel as with Sophia as well as my page as with Sophia ਅੱਜ ਮੈਂ ਤੁਹਾਨੂੰ ਦੱਸਣ ਲੱਗੀ ਆ preposition in ਦੇ ਬਾਰੇ ਕਿ place place ਮਤਲਬ ਜਗ੍ਹਾ ਕੋਈ ਵੀ ਜਗ੍ਹਾ ਹੋ ਸਕਦੀ ਹੈ ਉੱਥੇ preposition ਆਪਾਂ in use ਕਰਦੇ ਹਾਂ in ਦਾ ਮਤਲਬ ਕੀ ਆ which for example in England in Chinatown in a building in a car ਜਦੋਂ ਆਪਾਂ ਕਹਿਣਾ ਹੋਵੇ ਕਿ ਮੈਂ ਕਾਰ ਦੇ ਵਿੱਚ ਆ ਮੈਂ ਟੈਕਸੀ ਦੇ ਵਿੱਚ ਆ ਮੈਂ ਬਿਲਡਿੰਗ ਦੇ ਵਿੱਚ ਆ ਮੈਂ ਚਾਈਨਾਟਾਊਨ ਦੇ ਵਿੱਚ ਆ ਇੰਗਲੈਂਡ ਦੇ ਵਿੱਚ ਆ ਕੈਨੇਡਾ ਦੇ ਵਿੱਚ ਆ ਆਸਟ੍ਰੇਲੀਆ ਦੇ ਵਿੱਚ ਆ ਜਗ੍ਹਾ ਅਗਨ ਸਾਰੀਆਂ ਪਲੇਸਿਸ ਹੈ ਨਾ ਇੱਥੇ ਆਪਣੀ ਪ੍ਰੈਪੋਜੀਸ਼ਨ ਯੂਜ਼ ਹੋਣੀ ਹੈ ਇਨ ਅ ਬੋਟ ਇਨ ਅ ਹੈਲੀਕਾਪਟਰ ਟ੍ਰੈਫਿਕ ਜੈਮ ਮਤਲਬ ਕਿ ਜਦੋਂ ਆਪਾਂ ਨੂੰ ਕਿਸੇ ਵੇਲੇ ਘਰੋਂ ਫੋਨ ਆਉਂਦਾ ਵਾ ਕਿ ਤੁਸੀਂ ਲੇਟ ਹੋ ਗਏ ਤਾਂ ਆਪਾਂ ਕਹਿੰਦੇ ਹਾਂ ਟ੍ਰੈਫਿਕ ਜੈਮ ਦੇ ਵਿੱਚ ਹਾਂ ਵਿੱਚ ਇਨ 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 ਟਾਈਮ ਸਕੁਅਰ ਤੁਸੀਂ ਆ ਖਬਰ ਕਿੱਥੇ ਪੜ੍ਹੀ ਆਰਟੀਕਲ ਦੇ ਵਿੱਚ ਇਨ ਦਾ ਆਰਟੀਕਲ ਸਮਝ ਲੱਗੀ ਇੱਥੇ ਸਾਰੇ ਤੇ ਕੀ ਆਉਣਾ ਹੈ ਇਸ ਤੋਂ ਪਹਿਲਾਂ ਇਨ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਆਇਲਸ ਵਿਦ ਸੋਫੀਆ ਸਬਸਕ੍ਰਾਈਬ ਦਿਸ ਯੂਟਿਊਬ ਚੈਨਲ ਆਇਲਸ ਵਿਦ ਸੋਫੀਆ ਫੋਲੋ ਮੀ ਔਨ ਫੇਸਬੁੱਕ ਆਇਲਸ ਵਿਦ ਸੋਫੀਆ ਇਸ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਨਾ